ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਹਿੰਮਤਪੁਰਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਅਤੇ ਇੱਥੇ ਜੀ ਸ਼ੌਂਕ ਕੀਤਾ ਹੋਇਆ ਲਾਡੀ ਵੀਰ ਦਾ ਅਤੇ ਲਾਡੀ ਵੀਰ ਜੀ ਆਪ ਬਾਹਰ ਨੇ ਅਤੇ ਇੱਥੇ ਉਹਨਾਂ ਦੇ ਰੱਖੇ ਹੋਏ ਕਬੂਤਰ ਨਿਊਜ਼ੀਲੈਂਡ ਦੇ ਵਿੱਚ ਵੀਰ ਨੇ ਅਤੇ ਕਬੂਤਰ ਬਹੁਤ ਬਹੁਤ ਵਧੀਆ ਨੇ ਆਪਾਂ ਲਗਾਇਆ ਬਾਈ ਦੇ ਖੁੱਡਿਆਂ 'ਤੇ ਹੂਟਰ ਸਿਸਟਮ ਤੁਹਾਨੂੰ ਦੱਸ ਦਈਏ ਇਹ ਉਹਨਾਂ ਦਾ ਘਰ ਹੈ ਅਤੇ ਨਵੇਂ ਖੁੱਡੇ ਪਾਏ ਨੇ ਇਸ ਸਾਈਡ 'ਤੇ ਤੁਹਾਨੂੰ ਦੂਰ ਤੋਂ ਦਿਖਾ ਦਿੰਦੇ ਹਾਂ ਜੀ ਅਤੇ ਪੂਰੇ ਦਾ ਪੂਰਾ ਜਿਹੜਾ ਹੈਗਾ ਆ ਅਸੀਂ ਇਹਦੇ ਦੇ ਖੁੱਡੇ ਜਿਹੜੇ ਕਵਰ ਕਰ ਦਿੱਤੇ ਨੇ ਇਹ ਦੇਖੋ ਜੀ ਇਹ ਤਿੰਨ ਖੁੱਡੇ ਉੱਪਰ ਅਤੇ ਦੋ ਉੱਪਰ ਨੇ ਜੀ ਤਿੰਨ ਖੁੱਡੇ ਨੀਚੇ ਨੇ ਦੋ ਉੱਪਰ ਨੇ ਪੰਜ ਖੁੱਡੇ ਨੇ ਜਾਲੀਆਂ ਵਗੈਰਾ ਇਹਦੀਆਂ ਸਾਰੀਆਂ ਕਵਰ ਕਰ ਦਿੱਤੀਆਂ ਨੇ ਅਤੇ ਪੂਰੇ ਦੇ ਪੂਰੇ ਖੁੱਡੇ ਜਿਹੜੇ ਪ੍ਰੋਟੈਕਟ ਕਰ ਦਿੱਤੇ ਨੇ ਜੀ ਅਤੇ ਬਾਈ ਦੇ ਫਰੈਂਡ ਨੇ ਸ਼ੌਂਕ ਕਰਦੇ ਨੇ ਇਹੀ ਸਾਂਭਦੇ ਨੇ ਕਬੂਤਰ ਅਤੇ ਕਬੂਤਰ ਬਹੁਤ ਵਧੀਆ ਰੱਖੇ ਹੋਏ ਨੇ ਬਾਈ ਹੁਣਾਂ ਦੇ ਜੀ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਬਾਈ ਹੁਣਾਂ ਨੇ ਜੋੜੀ ਲਿਆਂਦੀ ਆ ਬਹੁਤ ਹੀ ਤਗੜੀ ਜੋੜੀ ਆ ਉਸਤਾਦ ਸੁੱਖੇ ਤਲਵੰਡੀ ਵਾਲੇ ਦੇ ਜਿਹੜੇ ਇਹ ਕਬੂਤਰ ਨੇ ਉਹਨਾਂ 'ਚੋਂ ਇਹ ਜੋੜੀ ਆ ਜੀ ਇਹ ਬੱਚਾ ਇਹਨਾਂ ਦਾ ਜੀ ਹਾਂਜੀ ਇੱਕ ਮਿੰਟ ਰਹਿਣ ਦਿਓ ਇੱਕ ਮਿੰਟ ਪਹਿਲਾਂ ਦਿਖਾਉਣ ਦਿਓ ਮੈਨੂੰ ਇਹ ਦੇਖੋ ਜੀ ਜੋੜਾ ਕਬੂਤਰੀ ਕੁਝ ਜ਼ਿਆਦਾ ਹੀ ਚੰਗੀ ਆ ਜੀ ਚਿੱਟੀਆਂ ਅੱਖਾਂ ਨੇ ਕਬੂਤਰੀ ਦੀਆਂ ਅਤੇ ਵਜੂਦ ਬਹੁਤ ਵਧੀਆ ਜਿਹਨੂੰ ਕਹਿੰਦੇ ਨੇ ਕਿ ਬੋਤਲ ਚੂੜੀ 'ਚੋਂ ਲੰਘਦੀ ਕਬੂਤਰੀ ਉਹ ਕਬੂਤਰੀ ਆ ਅਤੇ ਕਬੂਤਰ ਦਾ ਵੀ ਕੱਦ ਕਾਠ ਬਹੁਤ ਸੋਹਣਾ ਅਤੇ ਪਰ ਵੀ ਬਹੁਤ ਚੰਗੇ ਨੇ ਕੰਨੀਆਂ ਵਗੈਰਾ ਤੁਸੀਂ ਸਾਰਾ ਦੇਖ ਸਕਦੇ ਹੋ ਤੁਹਾਨੂੰ ਫੜ ਕੇ ਵੀ ਸ਼ੌਂਕ ਕਰਾਉਂਦੇ ਹਾਂ ਅਤੇ ਇਹ ਇਹਨਾਂ ਨੇ ਇੱਕ ਬੱਚਾ ਵੀ ਕੱਢਿਆ ਹੋਇਆ ਆ ਜਿਹੜਾ ਇਹਨਾਂ ਦੇ ਨਾਲ ਬੈਠਾ ਹੋਇਆ ਜੀ ਫੜੋ ਵੀਰ ਜੀ ਇਹ ਹੈ ਜੀ ਕਬੂਤਰੀ ਬਾਈ ਉਹਨਾਂ ਨੇ ਫੜੀ ਆ ਹੱਥ ਦੇ ਵਿੱਚ ਅਤੇ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ ਦੇਖੋ ਕਬੂਤਰੀ ਦੀਆਂ ਅੱਖਾਂ ਜੀ ਥੋੜ੍ਹਾ ਜਿਹਾ ਲਾਲ ਜਿਹਾ ਡੋਰਾ ਜਿਹੋ ਜਿਹਾ ਰੰਗ ਉਹੋ ਜਿਹਾ ਬਾਕੀ ਚਿੱਟੀਆਂ ਸਾਫ਼ ਅੱਖਾਂ ਨੇ ਇਹਦੀਆਂ ਜੀ ਅਤੇ ਇਹ ਨੇ ਜੀ ਪਰ ਕਬੂਤਰੀ ਦੇ ਬਹੁਤ ਸੋਹਣੇ ਆ ਜੀ ਠੀਕ ਆ ਵੀਰ ਜੀ ਇਹ ਹੈ ਜੀ ਇੱਕ ਹੋਰ ਕਬੂਤਰ ਆ ਜਿਹੜਾ ਕਬੂਤਰੀ ਨਾਲ ਲਾਇਆ ਹੋਇਆ ਇਹ ਖੱਟੀਆਂ ਅੱਖਾਂ ਦਾ ਹੈ ਜੀ ਅਤੇ ਬਹੁਤ ਹੀ ਚੰਗਾ ਕਬੂਤਰ ਹੈ ਕੱਦ ਕਾਠ ਵਧੀਆ ਇਸ ਕਬੂਤਰ ਦਾ ਪਰ ਦਿਖਾਓ ਵੀਰੇ ਇਹ ਕਬੂਤਰ ਦੇ ਇਹ ਨੇ ਜੀ ਇਹਦੇ ਪਰ ਕਬੂਤਰ ਦੇ ਬਹੁਤ ਹੀ ਚੰਗੇ ਠੀਕ ਆ ਵੀਰ ਜੀ ਓਕੇ ਜੀ ਹਾਂ ਜੀ ਅਤੇ ਇਹ ਕੁਝ ਕਬੂਤਰ ਜਾਲ ਦੇ ਵਿੱਚ ਛੱਡੇ ਨੇ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਹਾਂ ਜੀ ਫਿਰ ਦੱਸ ਦਈਏ ਜੀ ਹਿੰਮਤਪੁਰ ਲਾਡੀ ਵੀਰ ਦੇ ਕਬੂਤਰ ਨੇ ਬਾਈ ਜੀ ਆਪ ਨਿਊਜ਼ੀਲੈਂਡ ਨੇ ਅਤੇ ਇੱਥੇ ਕੀਤਾ ਹੋਇਆ ਵੀਰ ਦੇ ਕਬੂਤਰਾਂ ਦਾ ਸ਼ੌਂਕ ਠੀਕ ਹੈ ਜੀ ਆਪਾਂ ਜੱਸੀ ਮੋਟਾ ਆਗਲੇ ਪਿੰਡ ਦਾ ਠੀਕ ਹੈ ਜੀ ਉਹ ਉਦੋਂ ਕਬੂਤਰੀ ਲਈ ਸੀ ਆਪਾਂ ਉਹ ਜੋੜਾ ਵੀ ਲਿਆ ਸੀਗਾ ਹਾਂਜੀ ਨਾਲ ਆ ਕਬੂਤਰੀ ਲਈ ਸੀ ਫਿਰ ਆਪਾਂ ਠੀਕ ਹੈ ਜੀ ਬਹੁਤ ਚੰਗੀ ਆ ਜੀ ਇਹ ਵੀ ਕਬੂਤਰੀ ਇਹ ਕਰੋ ਸ਼ੌਂਕ ਮੇਰੇ ਵੀਰ ਬਹੁਤ ਹੀ ਚੰਗੀਆਂ ਚੰਗੀਆਂ ਨਸਲਾਂ ਦੇ ਕਬੂਤਰ ਨੇ ਬਾਈ ਦੇ ਕੋਲ ਕਿਉਂਕਿ ਸ਼ੌਂਕ ਜਿਹੜਾ ਹੈਗਾ ਆ ਸਿਖਰਾਂ 'ਤੇ ਪਹੁੰਚ ਰਿਹਾ ਅਤੇ ਹਰ ਕਿਸੇ ਦਾ ਜਿਹੜਾ ਕਰੇਜ਼ ਵੱਧਦਾ ਜਾ ਰਿਹਾ ਕਬੂਤਰੀ ਲਈ ਇੱਕ ਨਾਲ ਇਹ ਕਬੂਤਰੀ ਲਿਆਂਦੀ ਆ ਇਹ ਚਾਰ ਕਬੂਤਰ ਲਏ ਸੀ ਹਾਂਜੀ ਦੋ ਉੱਧਰ ਬੈਠੇ ਆ ਦੋ ਉੱਧਰ ਬੈਠੇ ਨੇ ਕਬੂਤਰੀ ਐਂ ਲਓ ਜੀ ਇਹਦਾ ਵੀ ਕਰੋ ਸ਼ੌਂਕ ਬਹੁਤ ਹੀ ਵਧੀਆ ਲਾਲਚੀਨੀ ਕਬੂਤਰੀ ਹੈ ਠੀਕ ਆ ਵੀਰ ਜੀ ਆ ਜਾਓ ਵੀਰੇ ਮੈਂ ਦਿਖਾਉਂਦਾ ਇਹਨਾਂ ਨੂੰ ਹੁਣ ਨੇੜੇ ਤੋਂ ਵੈਸੇ ਦਿਖਾ ਲੈਂਦੇ ਹਾਂ ਐਂ ਨਹੀਂ ਜੀ ਬਾਈ ਦੇ ਕਬੂਤਰ ਕਿਹੋ ਜਿਹੇ ਲੱਗੇ ਨਸਲਾਂ ਕਿਹੋ ਜਿਹੀਆਂ ਲੱਗੀਆਂ ਉਡਾਣ ਬਹੁਤ ਵਧੀਆ ਆ ਬਾਈ ਹੁਣੀ ਦੱਸਦੇ ਨੇ ਜਿਵੇਂ ਕਿ ਇਹਨਾਂ ਦੀ ਅਤੇ ਵਧੀਆ ਨਸਲ ਦੀ ਜਿਹੜੀ ਉਡਾਰ ਵਧੀਆ ਹੋਵੇ ਤਾਂ ਬਾਜੀ ਵੀ ਉਡਾਉਣ ਦਾ ਫੇਰ ਹੀ ਮਜ਼ਾ ਆਉਂਦਾ ਜੀ ਅਤੇ ਉੱਪਰੋਂ ਖਿਡਾਰ ਵੀ ਵਧੀਆ ਹੋਵੇ ਸਾਂਭ ਸੰਭਾਲ ਵਧੀਆ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਕਬੂਤਰ ਉਡਾਉਣ ਦੇ ਲਈ ਜੀ ਅਤੇ ਕੱਲੇ ਬੰਦੇ ਤੇ ਵੱਸਦਾ ਕੰਮ ਹੀ ਨਹੀਂ ਆ ਕਬੂਤਰਬਾਜ਼ੀ ਤਿੰਨ ਚਾਰ ਬੰਦੇ ਚਾਹੀਦੇ ਹੀ ਨੇ ਫੇਰ ਹੀ ਕਬੂਤਰਬਾਜ਼ੀ ਹੁੰਦੀ ਆ ਜੀ ਤੇ ਸ਼ੌਂਕ ਵੀਰ ਜੀ ਬਹੁਤ ਵਧੀਆ ਕੀਤਾ ਹੋਇਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਜਿਹੜਾ ਹੈਗਾ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਜਿਹੜੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ
ਇਹ ਜੀ ਬਾਈ ਹੁਣਾਂ ਦੇ ਜਿਹੜੇ ਹੈਗੇ ਆ ਦੂਸਰਾ ਖੁੱਡਾ ਜੋ ਇੱਧਰ ਕੂਟਰ ਲਗਾਇਆ ਜਣਾ ਤੇ ਉਹ ਕਬੂਤਰ ਨੇ ਜੀ ਆਪਣੇ ਬੱਚੇ ਕਢਾ ਕੇ ਮੇਰੇ ਬੰਦ ਕੀਤੇ ਹੋਏ ਇਹ ਜਿਹੜੇ ਨਵੇਂ ਬੱਚੇ ਜਿਹੜੇ ਕਢਾਏ ਨੇ ਬਾਈ ਹੁਣਾਂ ਨੇ ਆਪਾਂ ਗਰਮੀਆਂ 'ਚ ਡੋਲੇ ਮੂਰੇ ਗਰਮੀਆਂ 'ਚ ਛੱਡਨੇ ਭਾਜੀ ਇਹ ਉਹ ਆਪਣੇ ਬੰਦ ਕੀਤੇ ਬਹੁਤ ਸੋਹਣੇ ਵੀਰ ਜੀ ਆਪਣੇ ਜਿਹੜੋ ਭੂਰੀ ਸੀਗੀ ਹਾਂਜੀ ਉਹਨਾਂ ਦੇ ਆਹ ਬੱਚੇ ਆ ਦੋ ਠੀਕ ਹੈ ਆਹ ਵਾਲੀ ਸਹੀ ਹੈ बाकी एक खुडा ए भी हैगा एदे भी खुडे दा पता नहीं शौक करा दिने जी बाई ने खाने मिट्टी ला के बनाए ने बहुत बहुत सोहने ये देखो जी ਇਹ ਕਬੂਤਰਾ ਕਬੂਤਰੀਆਂ ਜੀ ਇਹ ਮੇਰੇ ਆਪਣੇ ਕਬੂਤਰਾ ਇਹ ਨਰ ਨੇ ਜੀ ਜੋੜੇ ਤੋੜੇ ਹੋਏ ਆ ਨਹੀਂ ਮੇਰੇ ਇਹ ਨਵੇਂ ਕਬੂਤਰ ਜਾਂ ਕੇ ਅੱਡ ਕੀਤੇ ਹੋਏ ਆ ਅੱਡ ਕੀਤੇ ਨੇ ਇਹ ਮੂਰੇ ਡਾਵਾਂਗੇ ਸਹੀ ਆ ਸਹੀ ਆ ਤੇ ਇੱਕ ਚੀਜ਼ ਹੋਰ ਦੱਸੀਏ ਜੀ ਹੂਟਰ ਦੇ ਨਾਲ ਨਾਲ ਬਾਈ ਨੇ ਕੱਲੇ ਕੱਲੇ ਖੁੱਡੇ 'ਚ ਕੈਮਰੇ ਲਾਏ ਪਏ ਨੇ ਜੀ ਇਹ ਦੇਖੋ ਜੀ ਹਰ ਖੁੱਡੇ ਦੇ ਵਿੱਚ ਜਿਹੜਾ ਕੈਮਰਾ ਲੱਗਾ ਪਿਆ ਪ੍ਰੋਟੈਕਸ਼ਨ ਪੂਰੀ ਦਿੱਤੀ ਹੋਈ ਆ ਤਾਂ ਜੋ ਚੋਰੀ ਨਾ ਹੋ ਸਕੇ ਜੀ ਤੇ ਬਹੁਤ ਵਧੀਆ ਲੱਗਾ ਬਾਈ ਦਾ ਸ਼ੌਂਕ ਦੇਖ ਕੇ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਜੀ ਦੱਸਣਾ ਜ਼ਰੂਰ ਇਹ ਕਬੂਤਰ ਜੋ ਬਾਈ ਨੇ ਰੋਕੇ ਨੇ ਜੀ ਐ ਜੀ ਉੱਪਰ ਵਾਲੇ ਖੁੱਡੇ 'ਚ ਬਾਈ ਨੇ ਇੱਕ ਜੋੜਾ ਛੱਡਿਆ ਜੀ ਰੱਤਾ ਕਬੂਤਰ ਹੈ ਆ ਵੀਰੇ ਆਪਾਂ ਇਹ ਕਬੂਤਰ ਬਾਰੇ ਮੋਲ ਲਿਆ ਸੀ ਠੀਕ ਹੈ ਜੀ ਇਹ ਕਿੱਥੋਂ ਲਿਆਂਦਾ ਜੀ ਇਹ ਉਹ ਮੁੰਡੇ ਦੇ ਕਬੂਤਰ ਆਈ ਜੱਸੀ ਆਗ ਲਗੇ ਤੋਂ ਉਹਦੇ ਕੋਲੇ ਬਾਈ ਸੁੱਖੇ ਦੇ ਕਬੂਤਰ ਅੱਛਾ ਠੀਕ ਹੈ ਠੀਕ ਹੈ ਉਹ ਕਬੂਤਰਾਂ 'ਚ ਹੀ ਆ ਵੀਰੇ ਇਹ ਵੀ ਕਬੂਤਰ ਐ ਲਓ ਜੀ ਇਹ ਵੀ ਖੱਟੀਆਂ ਅੱਖਾਂ ਦਾ ਕਬੂਤਰ ਆ ਲਾਲ ਰੱਤਾ ਕਬੂਤਰ ਆ ਤੇ ਬਹੁਤ ਹੀ ਚੰਗਾ ਇਹ ਵੀ ਜੀ ਇਹ ਦੇਖੋ ਪਰ ਕਬੂਤਰ ਦੇ ਬਹੁਤ ਵਧੀਆ ਜੀ ਸਹੀ ਹੈ ਜੀ ਤੇ ਇਹ ਕਬੂਤਰੀ ਲਾਈ ਆ ਜੀ ਇਸ ਕਬੂਤਰ ਦੇ ਨਾਲ ਇਹ ਵੀ ਲਾਲ ਚੀਨੀ ਕਬੂਤਰੀ ਆ ਜੀ ਖੱਟੀਆਂ ਅੱਖਾਂ ਦੀ ਆ ਵੀ ਜੀ ਇਹ ਕੱਚੀ ਆ ਵੀ ਅੱਖਾਂ ਦੀ ਆ ਵੀਰੇ ਦਿਖਾ ਦਿਓ ਜੀ ਫੜ ਕੇ ਇਹਦੀਆਂ ਫਿਰ ਅੱਖਾਂ ਦਿਖਾਉਂਦੇ ਆਪਾਂ ਜੀ ਐ ਲਓ ਜੀ ਕਰੋ ਸ਼ੌਂਕ ਜੀ ਇਸ ਕਬੂਤਰੀ ਦਾ ਵੀ ਇਹਦੇ ਬੱਚੇ ਬਹੁਤ ਡੈਸ ਨੇ ਇਹਦੇ ਕੋਲੇ ਵੀਰੇ ਆਪਣੇ ਬਹੁਤ ਵਧੀਆ ਬੱਚੇ ਬਹੁਤ ਵਧੀਆ ਵੀਰ ਜੀ ਛੱਡ ਦਿਓ ਜੀ ਕੱਦ ਕਾਟ ਵੀ ਬਹੁਤ ਸੋਹਣਾ ਜੀ ਇਸ ਕਬੂਤਰੀ ਦਾ ਠੀਕ ਹੈ ਵੀਰ ਜੀ ਧੰਨਵਾਦ ਜੀ ਸ਼ੌਂਕ ਕਰਵਾਉਣ ਦਾ ਮੌਕਾ ਦਿੱਤਾ ਜੀ ਕੋਈ ਚੱਕਰ ਨਹੀਂ ਵੀਰੇ ਤੇ ਬਾਕੀ ਜੀ ਨਵੀਂ ਵੀਡੀਓ ਤੁਹਾਡੇ ਵਾਸਤੇ ਬਹੁਤ ਛੇਤੀ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਅਤੇ ਬਾਕੀ ਇਹ ਆਪਣੇ ਵੀਰ ਜਿਨ੍ਹਾਂ ਨਾਲ ਤੁਹਾਨੂੰ ਪਹਿਲਾਂ ਵੀ ਆਪਾਂ ਮਿਲਾ ਚੁੱਕੇ ਹਾਂ ਜੀ ਬਹੁਤ ਵਧੀਆ ਸ਼ੌਂਕ ਕਰਦੇ ਨੇ ਅਤੇ ਜਿੱਥੇ ਵੀ ਜਾਵਾਂਗੇ ਤੁਹਾਨੂੰ ਸ਼ੌਂਕ ਕਰਵਾਉਂਦੇ ਰਵਾਂਗੇ ਧੰਨਵਾਦ ਜੀ